ਸਤਿ ਸ਼੍ਰੀ ਅਕਾਲ ਜੀ ਦੋਸਤੋ, ਅਸੀਂ ਅਕਸਰ ਦੇਖਦੇ ਹਾਂ ਬੈਂਕਾਂ ਦੇ ਵਿੱਚ ਜਦੋਂ ਚੈੱਕ ਲਾਈਏ ਤਾਂ ਚੈੱਕ ਕਲੀਅਰ ਹੋਣ ਨੂੰ ਟਾਈਮ ਲੱਗ ਜਾਂਦਾ, ਇੱਕ ਦੋ ਦਿਨ ਤਾਂ ਖੈਰ ਆਮ ਤੌਰ 'ਤੇ ਲੱਗ ਜਾਂਦੇ ਨੇ। ਕਈ ਵਾਰ ਹੋ ਸਕਦਾ ਵੀ ਕੋਈ ਨਾ ਕੋਈ ਤਕਨੀਕੀ ਟੈਕਨੀਕਲ ਰੀਜ਼ਨ ਕਈ ਵਾਰ ਇਸ ਜਿਹੇ ਹੁੰਦੇ ਨੇ ਕਿ ਜ਼ਿਆਦਾ ਦਿਨ ਵੀ ਲੱਗ ਜਾਂਦੇ ਨੇ, ਪਰ RBI ਨੇ ਹੁਣ ਸਪਸ਼ਟ ਕਰਿਆ ਵੀ ਜ਼ਿਆਦਾ ਟਾਈਮ ਹੁਣ ਇਸ ਚੀਜ਼ ਨੂੰ ਲੈ ਕੇ ਨਹੀਂ ਲੱਗੂਗਾ। ਅਤੇ ਇਸੇ ਨੂੰ ਲੈ ਕੇ ਜਿਹੜੀ ਜਾਣਕਾਰੀ RBI ਦੇ ਹਵਾਲੇ ਤੋਂ ਮੀਡੀਆ ਰਿਪੋਰਟਸ ਦੇ ਜ਼ਰੀਏ ਸਾਹਮਣੇ ਆਈ ਆ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਹੁਣ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੁਹਾਨੂੰ ਚੈੱਕ ਕਲੀਅਰ ਕਰਨਾ ਹੋਊਗਾ, ਜਿਹਦੇ ਨਾਲ ਕਹਿ ਸਕਦੇ ਹਾਂ ਵਪਾਰੀ ਵਰਗ ਨੂੰ ਵੀ ਅਤੇ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਹੋਊਗੀ। ਆਮ ਲੋਕਾਂ ਦੀ ਗੱਲ ਇਸ ਕਰਕੇ ਕਰਦੇ ਹਾਂ ਕਿ ਕਈ ਵਾਰੀ ਚੈੱਕ ਜਿਹੜਾ ਦੇ ਦਿੰਦੇ ਨੇ ਤਾਂ ਉਹ ਜਲਦੀ ਜਲਦੀ ਕਲੀਅਰ ਨਹੀਂ ਹੁੰਦਾ, ਅਤੇ ਜਿਹੜੇ ਲੋਕਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਜਾਂ ਵਪਾਰੀ ਵਰਗ ਨੂੰ ਵੀ ਕਈ ਵਾਰ ਪੈਸਿਆਂ ਦੀ ਲੋੜ ਹੁੰਦੀ ਹੈ, ਉਹ ਪੂਰਾ ਅੱਗੇ ਨਹੀਂ ਹੋ ਪਾਉਂਦਾ। ਹੁਣ ਜਿਹੜੀ ਜਾਣਕਾਰੀ ਮੈਂ TV9 ਭਾਰਤ ਵਰਸ਼ ਦੀ ਪੜ੍ਹ ਰਿਹਾ ਉਹਦੇ ਵਿੱਚ ਉਹਨਾਂ ਨੇ ਸਾਂਝਾ ਕਰਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਮੌਦਰਿਕ ਸਮੀਖਿਆ ਨੀਤੀ ਦੇ ਅੱਜ ਇੱਕ ਵੱਡਾ ਫੈਸਲਾ ਲਿਆ। RBI ਨੇ ਬੈਂਕਾਂ ਨੂੰ ਹੁਕਮ ਦਿੱਤੇ ਨੇ ਕਿ ਚੈੱਕ ਕਲੀਅਰ ਕਰਨ ਦਾ ਸਮਾਂ ਸੀਮਾ ਜਿਹੜੀ ਉਹ ਘਟਾਈ ਜਾਵੇ। ਮੌਜੂਦਾ ਸਮੇਂ 'ਚ ਚੈੱਕ ਕਲੀਅਰ ਹੋਣ ਨੂੰ ਕਹਿੰਦੇ 1 ਤੋਂ 2 ਦਿਨ ਲੱਗ ਜਾਂਦੇ ਨੇਗੇ, ਅਤੇ ਬਿਲਕੁਲ ਸਹੀ ਹੈ, ਅਸੀਂ ਆਮ ਤੌਰ 'ਤੇ ਦੇਖਦੇ ਹਾਂ। ਖੈਰ ਹੁਣ ਕੇਂਦਰੀ ਬੈਂਕਾਂ ਨੇ ਇਹਨੂੰ ਘਟਾ ਕੇ ਕੁਝ ਘੰਟਿਆਂ ਦੇ ਵਿੱਚ ਕਰਨ ਦਾ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਹੈਗੇ ਨੇ, ਅਤੇ ਇਸ ਫੈਸਲੇ ਦੇ ਨਾਲ ਕਰੋੜਾਂ ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਕਹਿੰਦੇ ਇਹਦਾ ਅਸਰ ਹੋਊਗਾ। ਤੁਸੀਂ ਵੀ ਰਾਏ ਆਪਦੀ ਸਾਂਝੀ ਕਰਿਓ ਕਿ ਆਖਿਰ ਪਹਿਲਾਂ ਕਿੰਨੀ ਕੁ ਦਿੱਕਤ ਆਉਂਦੀ ਹੈ ਚੈੱਕ ਕਲੀਅਰ ਕਰਨ ਨੂੰ ਲੈ ਕੇ। ਭਾਰਤੀ ਰਿਜ਼ਰਵ ਬੈਂਕ ਨੇ ਅਗਵਾਈ ਦੀ ਵਾਲੀ ਮੌਦਰਿਕ ਨੀਤੀ ਸਮਿਤੀ MPC ਨੇ ਚੈੱਕ ਦੇ ਨਿਪਟਾਨ ਨੂੰ ਲੈ ਕੇ ਕੁਝ ਘੰਟਿਆਂ ਦੇ ਵਿੱਚ ਕਰਨ ਨੂੰ ਪੂਰਾ ਕਰਨ ਨੂੰ ਲੈ ਕੇ ਕਈ ਜਿਹੜੇ ਸੁਝਾਅ ਨੇ ਉਹਨਾਂ ਦਾ ਪ੍ਰਸਤਾਵ ਰੱਖਿਆ ਹੈਗਾ। ਗਵਰਨਰ ਸ਼ਸ਼ੀਕਾਂਤ ਦਾਸ ਨੇ ਦਿਮਾਸਿਕ ਨੀਤੀ ਦੀ ਬੈਠਕ ਦੇ ਵਿੱਚ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਚੈੱਕ ਨੂੰ ਕੁਝ ਘੰਟਿਆਂ ਦੇ ਵਿੱਚ ਸਕੈਨ ਪ੍ਰਸਤੁਤ ਅਤੇ ਪਾਸ ਕੀਤਾ ਜਾਵੇ, ਅਤੇ ਇਹ ਕੰਮ ਕਾਰੋਬਾਰੀ ਘੰਟਿਆਂ ਦੇ ਦੌਰਾਨ ਨਿਰੰਤਰ ਆਧਾਰ 'ਤੇ ਕੀਤਾ ਜਾਣਾ ਚਾਹੀਦਾ। ਕੇਂਦਰੀ ਬੈਂਕਾਂ ਨੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਡਿਟੇਲ ਦਿਸ਼ਾ ਨਿਰਦੇਸ਼ ਜਲਦੀ ਜਾਰੀ ਕੀਤੇ ਜਾਣਗੇ। ਇਸ ਕਦਮ ਦੇ ਨਾਲ ਕਹਿੰਦੇ ਉਦੇਸ਼ ਹੈ ਕਹਿੰਦੇ ਚੈੱਕ ਕਲੀਅਰੈਂਸ ਦੀ ਦਕਸ਼ਤਾ ਨੂੰ ਸੁਧਾਰ ਕਰਨਾ ਅਤੇ ਪ੍ਰਤੀਭਾਗੀਆਂ ਦੇ ਲਈ ਨਿਪਟਣਾ ਜੋਖਿਮ ਦਾ ਕੰਮ ਕਰਨਾ ਹੈਗਾ। ਗਵਰਨਰ ਨੇ ਅੱਗੇ ਇਹ ਗੱਲ ਕਹੀ ਹੈ ਕਿ ਕਿਹਾ ਕਿ ਉਪਾਏ ਦਾ ਉਦੇਸ਼ ਹੈ ਗ੍ਰਾਹਕ ਅਨੁਭਵ ਅਤੇ ਉਹ ਬਿਹਤਰ ਬਣਾਉਣਾ ਹੈਗਾ, ਅਤੇ ਦਾਸ ਨੇ ਇਹ ਵੀ ਕਿਹਾ ਕਿ CTS ਦੇ ਬੈਂਚ ਪ੍ਰੋਸੈਸਿੰਗ ਦੀ ਮੌਜੂਦਾ ਦ੍ਰਿਸ਼ਟੀਕੋਣ ਦੇ ਨਾਲ ਔਨ ਰਿਲਾਈਜੇਸ਼ਨ ਸੈਟਲਮੈਂਟ ਦੇ ਨਾਲ ਨਿਰੰਤਰ ਕਲੀਅਰੈਂਸ ਦੇ ਵਿੱਚ ਬਦਲਣ ਦੀ ਪ੍ਰਸਤਾਵ ਹੈਗਾ। ਹੁਣ ਜਿਹੜੇ 5 ਪੁਆਇੰਟ ਇਹਨਾਂ ਨੇ ਰੱਖੇ ਨੇ ਵੀ ਕੀ ਇਹਦਾ ਇਸ ਚੀਜ਼ ਦਾ ਫਾਇਦਾ ਹੋਊਗਾ, ਉਹਦੇ ਵਿੱਚ ਇਹ ਲਿਖਦੇ ਨੇ ਕਹਿੰਦੇ ਨਵੇਂ ਸਿਸਟਮ ਦੇ ਨਾਲ ਚੈੱਕ ਨੂੰ ਸਕੈਨ ਕੀਤਾ ਜਾ ਸਕੂਗਾ, ਪ੍ਰਸਤੁਤ ਕੀਤਾ ਜਾ ਸਕੂਗਾ, ਅਤੇ ਵਰਤਮਾਨ ਬੈਂਚ ਪ੍ਰੋਸੈਸਿੰਗ ਮੈਥਡ ਦੇ ਨਾਲ ਬਜਾਏ ਪੂਰਾ ਕਾਰੋਬਾਰੀਆਂ ਘੰਟਿਆਂ ਦੇ ਵਿੱਚ ਲਗਾਤਾਰ ਕਲੀਅਰ ਕੀਤਾ ਜਾ ਸਕਦਾ ਹੈਗਾ। ਮੌਜੂਦਾ ਚੈੱਕ ਟ੍ਰਾਂਜੈਕਸ਼ਨ ਸਿਸਟਮ CTS ਨੂੰ 2 ਵਰਕਿੰਗ ਡੇਜ਼ ਤੱਕ ਦੀ ਕਲੀਅਰੈਂਸ ਸਾਈਕਲ ਦੇ ਨਾਲ ਕੰਮ ਕਰਦਾ, ਅਤੇ ਜਿਹਨੂੰ T+1 ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਜਿਹੜਾ ਪਹਿਲਾਂ ਚੱਲ ਰਿਹਾ ਹੈਗਾ। ਔਨ ਰੀਅਲਾਈਜੇਸ਼ਨ ਸੈਟਲਮੈਂਟ ਦੇ ਨਾਲ ਕਹਿੰਦੇ ਨਿਰੰਤਰ ਚੈੱਕ ਕਲੀਅਰਿੰਗ ਦੇ ਬਦਲਾਵ ਨੂੰ ਚੈੱਕ ਪ੍ਰੋਸੈਸਿੰਗ ਦੀ ਦਕਸ਼ਤਾ ਦੇ ਵਿੱਚ ਸੁਧਾਰ ਕਰਨ ਅਤੇ ਪ੍ਰਕਿਰਿਆ ਦੇ ਸ਼ਾਮਿਲ ਸਾਰੇ ਪ੍ਰਤੀਭਾਗੀਆਂ ਨੂੰ ਨਿਪਟਾਉਣ ਨੂੰ ਜੋਖਿਮ ਨੂੰ ਘੱਟ ਕਰਨ ਨੂੰ ਲੈ ਕੇ ਡਿਜ਼ਾਇਨ ਕੀਤਾ ਗਿਆ। ਯਾਨੀ ਕਿ ਜਿਹੜਾ ਸਿਸਟਮ ਜਿਹੜਾ ਬਣਾਇਆ ਇਹਨਾਂ ਨੇ ਨਵਾਂ, ਉਹਦੇ ਵਿੱਚ ਕਹਿੰਦੇ ਕਈ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਅਤੇ ਕੋਈ ਇਹਦੇ ਵਿੱਚ ਦਿੱਕਤ ਵੀ ਨਾ ਆਵੇ ਅਤੇ ਕੱਲ੍ਹ ਨੂੰ ਇਹ ਵੀ ਨਾ ਹੋਵੇ ਵੀ ਕੋਈ ਪਰੇਸ਼ਾਨੀ ਖੜ੍ਹੀ ਹੋ ਜਾਵੇ। ਨਵੇਂ ਚੈੱਕ ਕਲੀਅਰੈਂਸ ਪ੍ਰਕਿਰਿਆ ਦੇ ਨਾਲ ਡਿਟੇਲ ਦਿਸ਼ਾ ਨਿਰਦੇਸ਼ ਜਲਦੀ ਕਹਿੰਦੇ ਜਾਰੀ ਕੀਤੇ ਜਾਣਗੇ। ਯਾਨੀ ਕਿ ਇਸ ਚੀਜ਼ ਨੂੰ ਹੁਣ ਅਸੀਂ ਜਲਦੀ ਦੇਖ ਸਕਦੇ ਹਾਂ, ਕਿਉਂਕਿ ਸ਼ੁਰੂਆਤ ਜਦੋਂ ਹੋ ਜਾਂਦੀ ਹੈ ਤਾਂ ਬਹੁਤ ਘੱਟ ਸਮਾਂ ਲੱਗਦਾ, ਜਿਹਦੇ ਬਾਅਦ ਫਿਰ ਆਖਿਰਕਾਰ ਉਹ ਚੀਜ਼ ਜ਼ਮੀਨੀ ਲੈਵਲ ਅਤੇ ਗਰਾਊਂਡ ਲੈਵਲ 'ਤੇ ਲੋਕ ਪ੍ਰੈਕਟੀਕਲੀ ਯੂਜ਼ ਕਰ ਸਕਦੇ ਨੇ। ਯਾਨੀ ਕਿ ਹੁਣ ਚੈੱਕ ਕਲੀਅਰੈਂਸ ਨੂੰ ਲੈ ਕੇ ਜਿਹੜੇ 1-2 ਦਿਨ ਲੱਗਦੇ ਸੀਗੇ, ਕਈਆਂ 'ਤੇ ਤਾਂ ਖੈਰ ਜ਼ਿਆਦਾ ਲੱਗ ਜਾਂਦੇ ਸੀਗੇ, ਪਰ ਉੱਥੇ ਇਹ ਚੀਜ਼ ਹੁਣ ਜਲਦੀ ਹੋਇਆ ਕਰੂਗੀ। ਸਕੈਨ ਕਰਕੇ ਚੈੱਕ ਨੂੰ ਕਹਿੰਦੇ ਉਹਨੂੰ ਕਲੀਅਰ ਕਰਨ ਨੂੰ ਲੈ ਕੇ ਬੈਂਕਾਂ ਨੂੰ ਹੁਕਮ ਜਾਰੀ ਕਰਤੇ ਨੇ, ਅਤੇ ਉਹ ਪੂਰਾ ਸਿਸਟਮ ਹੈ ਜਿਹੜਾ ਹੌਲੀ ਹੌਲੀ ਸਾਰੇ ਬੈਂਕਾਂ ਦੇ ਵਿੱਚ ਆਜੂਗਾ, ਅਤੇ ਲਾਜ਼ਮੀ ਜੀ ਗੱਲ ਹੈ ਵੀ ਉਹ ਜਿੰਨਾ ਜਲਦੀ ਹੋ ਸਕੇ ਇਹਦੇ ਵਿੱਚ ਪਰੇਸ਼ਾਨੀ ਤੋਂ ਲੋਕਾਂ ਨੂੰ ਨਿਜ਼ਾਤ ਮਿਲੂਗੀ।